जी खुश आमदी तुसीं वेख रहे हो पिंड चौंथी यूट्यूब चैनल ते मैं तुहाडा दोस्त सगीर बस रहा। दोस्तों थोड़े दिन पहले असी ए मियाँ मिठू नूं अपना मेहमान बनाया सी और कोशिश की सी लाइव दे विच कि यह बोले, लेकिन इन्हें जिद कर ली सी कि मेरा मालक जी ने दिखर सर मेरे कोल नहीं होएगा, मैं भी तुहानूं कोई गल नहीं सुनानी। असी आ जनाब तोते नूं वी ते इहदे मालक नूं वी असी फिर बुला लिया ते असी इहदे कोल पुछांगे नुसरत बाद साहब कोलों कि तोता कित्थों लिया सी, किवें तुसीं पालिया, किवें इहदियां गल्लां सिखाईयां नूं, ते तोता किहड़ी किहड़ी गल करदा इह वी सानूं सुणांगे। अस्सलाम वालेकुम। वालेकुम अस्सलाम नुसरत बाद, की हाल है? ठीक ठाक जी, अल्लाह दा शुक्र, तुसीं सुणाओ ठीक हो? सब तों पहले तो यह दसो बई इह तोता तुसीं लिया कित्थों सी? ਇਹ ਜੀ ਖਾਨ ਸਾਹਿਬ, ਅਸੀਂ ਇੱਥੋਂ ਦਰਖਤ ਵਿੱਚੋਂ ਕੱਢਿਆ ਸੀ, ਇਹਨੂੰ ਖੁੱਡ ਦੇ ਵਿੱਚੋਂ ਜੀ। ਇਹ ਇੰਨਾ ਸਾਰਾ ਬੱਚਾ ਸੀ, ਉੱਕਾ ਮਸੂਮ ਜੀ ਸੀ, ਇਹਦੇ ਉੱਪਰ ਵਾਲ ਹੈਗਾ ਹੀ ਕੋਈ ਨਹੀਂ ਸੀ, ਠੀਕ ਹੈ ਜੀ। ਉਸ ਚੋਂ ਕੱਢਿਆ ਜੀ, ਇਹਨੂੰ ਕਮ ਅਜ਼ ਕਮ ਹੋ ਗਏ ਸਾਡੇ ਕੋਲ 14 ਤੋਂ 15 ਸਾਲ ਹੋ ਗਏ ਤੋਤੇ ਨੂੰ ਜੀ। ਅੱਛਾ, 14 ਤੋਂ 15 15 ਸਾਲ ਜੀ। ਅਸੀਂ ਇਸ 'ਤੇ ਬੜੀ ਮਿਹਨਤ ਕੀਤੀ ਹੈ ਜੀ, ਮਿਹਨਤ ਕਰਕੇ ਜੀ, ਬਹੁਤ ਮਿਹਨਤ ਕੀਤੀ ਹੈ ਜੀ, ਮਿਹਨਤ ਕਰਕੇ ਇਹਨੂੰ ਬੁਲਾਇਆ ਜੀ। ਇਹ ਰਾਹ ਰੂਹ ਨਹੀਂ ਹੈ ਜੀ, ਇਹ ਆਮ ਤੋਤਾ ਜਿਹੜਾ ਕਾਠਾ ਨਹੀਂ, ਉੱਤੇ ਕਰਕੇ ਵਿਖਾਓ ਜ਼ਰਾ, ਇਹ ਜਿਹੜਾ ਕਾਠਾ ਨਹੀਂ ਜੀ, ਆਮ ਤੋਤੇ ਜਿਹੜੇ ਆ, ਲੇਕਿਨ ਹੁਣ ਆਮ ਤੇ ਵੀ ਨਹੀਂ ਰਹਿ ਗਏ, ਹੁਣ ਇਹ ਵੀ ਨਹੀਂ ਲੱਭਦੇ। ਬਾਕੀ ਮਾਸ਼ਾਅੱਲਾ ਆਪਣੀ ਮਸਤੀ ਦੇ ਵਿੱਚ ਸਾਰੀਆਂ ਗੱਲਾਂ ਕਰਦਾ ਜੀ, ਮੇਨ 2-3 ਗੱਲਾਂ ਜਿਹੜੀਆਂ ਨੂੰ ਵਾਜ਼ਿਆ ਕਰਦਾ ਜੀ, ਫੜਿਆ ਫੜਿਆ ਕਰਦਾ ਜੀ, ਅਤੇ ਬਾਕੀ ਬੈਠਾ ਹੋਵੇ ਤਾਂ ਸਾਰੀਆਂ ਸੀਟੀਆਂ ਹੀ ਮਾਰਨੀਆਂ, ਕਾਂ ਵੀ ਬਣਨਾ ਇਹਨੇ, ਉਸ ਤੋਂ ਬਾਅਦ ਚਾਹ ਵੀ ਕਹਿਣਾ ਜੀ, ਚਾਹ ਪਕਾ ਲਓ ਜੀ। ਅੱਛਾ, ਉਸ ਤੋਂ ਫਿਰ ਉਸ ਤੋਂ ਬਾਅਦ ਉਹਦਾ ਨਾਂ ਕਿ ਮੀਆਂ ਮਿੱਠੂ ਚੂਰੀ ਖਾ ਲਓ। ਅੱਛਾ, ਮੈਂ ਸੁਣਿਆ ਕੁੱਕੜ ਦੀ ਆਵਾਜ਼ ਵੀ ਕੱਢਦਾ? ਹਾਂ ਜੀ, ਉਹ ਵੀ ਕੱਢਦਾ ਜੀ, ਜਿਹੜੇ ਮੁਰਗਾ ਨਾਲ ਬੋਲੇਗਾ ਜੀ ਨਾ, ਉਸ ਟਾਈਮ ਇਹ ਕੱਢੇਗਾ ਜੀ, ਮੁਰਗੇ ਦੀ ਆਵਾਜ਼ ਵੀ ਨਿਕਾਲੇਗਾ ਜੀ। ਅੱਛਾ, ਅਤੇ ਬਾਕੀ ਸਾਰੀਆਂ ਮਾਸ਼ਾਅੱਲਾ ਜੀ, ਬਹੁਤ ਗੱਲਾਂ ਕਰਦਾ ਜੀ। ਅੱਛਾ, ਠੀਕ ਹੈ ਜੀ। ਸਾਡੇ ਅਜ਼ੀਜ਼ ਔਰ ਰਿਸ਼ਤੇਦਾਰਾਂ ਨੇ ਬੜਾ ਮੰਗਿਆ ਜੀ। ਅੱਛਾ, ਅਤੇ ਵਾਲਾ ਸਾਹਿਬ ਕਹਿੰਦੇ ਸੀ ਜੀ, ਸਾਡੇ ਕੋਲ ਮੱਝ ਖੋਲ ਲਓ ਜੀ, ਤੋਤਾ ਨਹੀਂ ਦੇਣਾ ਅਸੀਂ ਜੀ। ਯਕੀਨਾਂ ਦੀ ਗੱਲ ਸੁਣਾ ਵੀ ਉਹ ਕਹਿ ਰਿਹਾ ਵੀ ਲਿਆਰੀ ਮੱਝ ਲੈ ਲਓ, ਤੋਤਾ ਨਹੀਂ ਦੇਣਾ। ਨਹੀਂ ਦੇਣਾ ਜੀ, ਅਤੇ ਬਹੁਤ ਜਿਹੜੇ ਕੋਈ ਮਹਿਮਾਨ ਆਉਂਦੇ ਸੀ ਨਾ ਸਾਡੇ, ਅਸੀਂ ਇਹਨੂੰ ਛੁਪਾ ਲੈਣਾ ਹੁੰਦਾ ਸੀ। ਅੱਛਾ, ਵਾਜ਼ਿਆ ਸਾਹਮਣੇ ਅਸੀਂ ਨਹੀਂ ਕੱਢਦੇ ਸੀ। ਅੱਛਾ, ਕਿਉਂਕਿ ਕਈਆਂ ਬੰਦਿਆਂ ਨੂੰ ਫਿਰ ਨਾਂ ਨਹੀਂ ਸੌਂਦੇ, ਕਈਆਂ ਬੰਦਿਆਂ ਨੂੰ ਰਾਜ਼ੀ ਕਰਨਾ ਅਸੀਂ ਛੁਪਾ ਲੈਣਾ ਇਹ ਹਦਤ। ਬਾਕੀ ਜਿਹੜੇ ਜਿਹਨਾਂ ਨੇ ਮੰਗਿਆ ਨਾ, ਉਹਨਾਂ ਦੀ ਅਪੀਲ ਕੀਤੀ, ਮਿਹਨਤ ਕੀਤੀ, ਜਿਵੇਂ ਮੱਝ ਲੈ ਜਾਓ ਅਤੇ ਤੋਤਾ ਨਹੀਂ ਬਈ ਦੇ ਸਕਦੇ, ਸਮਝ ਆਈ? ਤੋਤਾ ਨਹੀਂ ਦੇਣਾ। ਮਾਸ਼ਾਅੱਲਾ, ਬੜਾ ਪਿਆਰਾ ਔਰ ਲਾਜ਼ਾਂ ਦਾ ਪਾਲਿਆ ਹੈ ਜੀ। ਅੱਛਾ, ਬਹੁਤ ਅਰਸਾ ਹੋ ਗਿਆ ਜੀ। ਇਹ ਤੇ ਘਰ ਦੇ ਫਰਦਾਂ ਵਾਂਗੂ ਫਰਦ ਹੋਣਾ ਤੁਹਾਡਾ। ਹਾਂ ਜੀ, ਹਾਂ ਜੀ। ਅੱਛਾ, ਇਹਨੂੰ ਖਿਲਾਉਂਦੇ ਕੀ ਹੋ ਤੁਸੀਂ? ਇਹਨੂੰ ਚੂਰੀ ਜੀ। ਅੱਛਾ, ਇਹਨੂੰ ਮਿਰਚਾਂ, ਅਮਰੂਦ ਵਗੈਰਾ, ਉਸ ਤੋਂ ਬਾਅਦ ਹੋਰ ਸਬਜ਼ੀ ਵਗੈਰਾ ਜਿਹੜੀ ਇਹ ਖਾਂਦੇ ਨੇ ਜੀ, ਉਹ ਅਸੀਂ ਇਹਨੂੰ ਦਿੰਦੇ ਹਾਂ ਜੀ। ਉਸ ਤੋਂ ਬਾਅਦ ਇਹਨੂੰ ਚਾਹ ਵੀ ਪੀਂਦਾ ਜੀ, ਚਾਹ ਤਾਂ ਸਪੈਸ਼ਲ ਪੀਂਦਾ ਜੀ, ਸ਼ਾਮ ਦੀ ਚਾਹ ਤਾਂ ਲਾਜ਼ਮੀ ਪੀਂਦਾ ਜੀ। ਜਿਸ ਟਾਈਮ ਮੈਂ ਸੁਣਿਆ ਵੀ ਮੰਗ ਕੇ ਚਾਹ ਲੈਂਦਾ, ਮੰਗ ਕੇ ਲੈਂਦਾ ਜੀ, ਜਿਹੜੇ ਕੱਪ ਦੇਖਦਾ ਨਾ ਚਾਹ ਲੈ ਤੇ ਕਹਿੰਦਾ ਵੀ ਮਿੱਠੂ ਨੀ ਚਾਹ ਦਿਓ, ਠੀਕ ਹੈ ਜੀ। ਆਪਣੀ ਮਸਤੀ ਦੇ ਵਿੱਚ ਸਾਰੀਆਂ ਗੱਲਾਂ ਕਰਦਾ ਜੀ, ਠੀਕ ਹੈ। ਇਹ ਦੱਸਦਾ ਚੱਲਾਂ ਕਿ ਇਹ ਤੋਤਾ ਜਿਹੜਾ ਹੈ, ਇਹ ਕੁੱਕੜ ਦੀ ਆਵਾਜ਼ ਵੀ ਖੜਦਾ, ਇਹ ਕੁੱਤੇ ਦੀ ਆਵਾਜ਼ ਵੀ ਖੜਦਾ, ਇਹ ਕਾਂ ਦੀ ਆਵਾਜ਼ ਵੀ ਖੜਦਾ, ਲੇਕਿਨ ਹੁਣ ਕਿਉਂਕਿ ਜਦੋਂ ਇਕੱਲਾ ਬੈਠਾ ਹੋਵੇ ਨਾ ਤਾਂ ਫਿਰ ਇਹ ਜ਼ਿਆਦਾ ਗੱਲਾਂ ਕਰਦਾ, ਕਾਂ ਜਾਂ ਕੁੱਕੜ ਵਗੈਰਾ ਬੋਲੇ ਤਾਂ ਫਿਰ ਉਹਦੇ ਨਾਲ ਇਹ ਵਾਪਸੀ ਜਵਾਬ ਉਹਨੂੰ ਦਿੰਦਾ। ਹਾਂਜੀ, ਖਾਨ ਸਾਹਿਬ ਇੰਝ ਨਾ, ਇਸ ਤਰ੍ਹਾਂ ਜਿਵੇਂ ਰਾਹ ਨੂੰ ਪਕੜ ਕੇ ਬੰਦਾ ਬੁਲਾਵੇ ਨਾ, ਰਾਹ ਨੇ ਵੀ ਨਹੀਂ ਬੋਲਣਾ, ਠੀਕ ਹੈ ਨਾ। ਇੱਥੇ ਮੇਰੇ ਦੋਸਤ ਨਾਲ ਕਿਸੇ ਨਾਲ ਸ਼ਰਤ ਲੱਗੀ ਸੀ, ਮੈਂ ਕਿਹਾ ਤੂੰ ਆਪਣਾ ਰਾਹ ਲੈ, ਮੈਂ ਆਪਣਾ ਰਾਹ ਲੈਣਾ, ਬੁਲਾਉਣਾ ਆਪਾਂ ਹੱਥ ਦੇ ਵਿੱਚ ਹੀ, ਠੀਕ ਹੈ ਜੀ। ਉਹਨੇ ਕਿਹਾ ਜੀ ਨਹੀਂ ਬਈ ਮੈਂ ਨਹੀਂ ਇਹ ਕਰ ਸਕਦਾ, ਠੀਕ ਹੈ ਜੀ। ਤੇ ਇਹ ਤੋਤੀ ਵੀ ਤੁਸੀਂ ਰੱਖੀ ਹੋਈ ਹੈ ਨਾਲ ਦੇ, ਕੋਈ ਬੱਚੇ ਨਿਕਲੇ ਇਹਦੇ? ਇਹ ਹੁਣ ਇਹਨਾਂ ਦਾ ਸੀਜ਼ਨ ਆਏਗਾ ਜੀ, ਇਹਨਾਂ ਨਾਲ ਇੱਕ ਮਾਦੀ ਰਲਾਈ ਹੈ ਜੀ, ਉਹ ਵੀ ਬੋਲਦੀ ਹੈ ਜੀ, ਉਹ ਥੋੜ੍ਹਾ ਜਿਹਾ ਹਲੇ ਘੱਟ ਬੋਲਦੀ ਹੈ ਜੀ, ਠੀਕ ਹੈ ਜੀ। ਇਹ ਜ਼ਿਆਦਾ ਬੋਲਦਾ ਜੀ, ਅਤੇ ਅੱਲਾ ਦੇ ਹੁਕਮ ਨਾਲ ਸੀਜ਼ਨ ਦੇ ਵਿੱਚ ਇਹਨਾਂ ਦੇ ਬੱਚੇ ਲਾਂਗੇ ਜੀ, ਅਤੇ ਫਿਰ ਜਿਹੜੇ ਦੋਸਤ ਸੱਜਣ ਇਹਨਾਂ ਆਪਣੇ, ਉਹਨਾਂ ਨੂੰ ਵੀ ਰਾਜ਼ੀ ਕਰਾਂਗੇ ਜੀ। ਹਾਂਜੀ, ਬਿਲਕੁਲ, ਠੀਕ ਹੈ ਜੀ। ਜਿਹੜੇ ਨਾਰਾਜ਼ ਹੋ ਜਾਣ ਜੀ ਆਪਣੇ ਅਜ਼ੀਜ਼ ਰਿਸ਼ਤੇਦਾਰ ਔਰ ਸੱਜਣ ਬੇਲੀ, ਠੀਕ ਹੋ ਗਿਆ, ਠੀਕ ਹੋ ਗਿਆ ਜੀ। ਇਹ ਇੰਡੀਅਨ ਰਿੰਗ ਨੈਕ ਹੈਗਾ ਜੀ, ਬਿਲਕੁਲ ਅਨਮੋਲ ਪਰਿੰਦਾ ਹੈਗਾ। ਚੂਰੀ ਖਾਣੀ ਹੈ? ਚੂਰੀ ਖਾਣੀ ਹੈ? ਲਓ ਜੀ, ਇਹਦੇ ਨਾਲ ਆਪਣੇ ਵੀਰ ਸਗੀਰ ਬਾਸ ਫਰਿੰਦ ਨੂੰ ਦਿਓ ਇਜਾਜ਼ਤ, ਰੱਬ ਰੱਖ।